ਮੇਰਾ ਵੇਟ ਬਹੁਤ ਜ਼ਿਆਦਾ ਸੀ। ਇਸ ਸਮੇਂ ਅਸੀਂ ਬਹੁਤ ਖੁਸ਼ ਹਾਂ, ਸਾਨੂੰ ਓਪਰੇਟ ਕਰਾਉਣ ਤੋਂ ਬਾਅਦ ਮੇਰਾ ਵੇਟ ਬਹੁਤ ਜ਼ਿਆਦਾ ਲੂਜ਼ ਹੋ ਗਿਆ ਔਰ ਕੋਈ ਵੀ ਪ੍ਰੋਬਲਮ ਨਹੀਂ ਆਈ। ਡਾਕਟਰ ਮਸੂਦ ਨੂੰ ਅਸੀਂ ਜਲੰਧਰ ਮਿਲੇ ਸੀਗੇ ਅਤੇ ਉਹਨਾਂ ਨਾਲ ਡਿਸਕਸ ਕੀਤੀ ਅਤੇ ਉਹਨਾਂ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ। ਮੇਰਾ ਵੇਟ ਬਹੁਤ ਸੀਗਾ, ਮੇਰਾ ਵੇਟ 104 ਕਿਲੋ ਦੇ ਨੇੜੇ ਤੇੜੇ ਸੀਗਾ। ਇੱਥੇ ਮੋਗੇ ਆ ਕੇ ਓਪਰੇਟ ਕਰਾਇਆ ਅਤੇ ਮੈਂ ਬਹੁਤ ਸੰਤੁਸ਼ਟ ਹਾਂ, ਮੇਰਾ ਵੇਟ ਬਹੁਤ ਫਿੱਟ, ਐਜਲੀ ਬੋਡੀ ਬਹੁਤ ਫਿੱਟ ਆ। ਸਾਡੀ ਉਮਰ ਘੱਟੋ ਘੱਟ 10-15 ਸਾਲ ਵੱਧ ਗਈ ਆ, ਜਿਹਦਾ ਵੇਟ ਬਹੁਤ ਜ਼ਿਆਦਾ ਆ ਉਹ ਡਾਕਟਰ ਸਾਹਿਬ ਨੂੰ ਜ਼ਰੂਰ ਮਿਲਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਇਟਲੀ ਦੀ ਰਹਿਣ ਵਾਲੀ ਹਾਂ। ਮੇਰਾ ਵੇਟ ਬਹੁਤ ਜ਼ਿਆਦਾ ਸੀ, ਇਸ ਲਈ ਮੈਨੂੰ ਕਾਫੀ ਮੁਸ਼ਕਲਾਂ ਸੀ। ਮੈਨੂੰ ਡਾਕਟਰ ਅਮਿਤ ਸੂਦ ਬਾਰੇ ਪਤਾ ਲੱਗਾ, ਜਿਹਨਾਂ ਦਾ ਕਿ ਮੋਗੇ ਹੋਸਪਿਟਲ ਆ। ਮੇਰੀ ਸਿਸਟਰ ਜੋ ਕੈਨੇਡਾ 'ਚ ਰਹਿੰਦੀ ਆ, ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਬਾਰੇ, ਇਸ ਕਰਕੇ ਮੈਂ ਇੰਡੀਆ ਆਣ ਕੇ ਉਹਨਾਂ ਨੂੰ ਮਿਲੀ। ਉਹਨਾਂ ਨੂੰ ਮਿਲ ਕੇ ਮੈਨੂੰ ਬਹੁਤ ਮਨ ਜਿਹੜਾ ਉਹ ਸੈਟਿਸਫੈਕਸ਼ਨ ਮਿਲੀ ਮੈਨੂੰ, ਉਹਨਾਂ ਨੇ ਬਹੁਤ ਸੋਹਣਾ ਸਮਝਾਇਆ। ਫਿਰ ਮੈਂ ਤਾਂ ਮੇਰੇ ਹਸਬੈਂਡ ਨੇ ਦੋਨਾਂ ਨੇ ਓਪਰੇਟ ਕਰਵਾਇਆ ਉਹਨਾਂ ਦੇ ਕੋਲੋਂ। ਇਸ ਸਮੇਂ ਅਸੀਂ ਬਹੁਤ ਖੁਸ਼ ਹਾਂ, ਸਾਨੂੰ ਓਪਰੇਟ ਕਰਾਉਣ ਤੋਂ ਬਾਅਦ ਮੇਰਾ ਵੇਟ ਬਹੁਤ ਜ਼ਿਆਦਾ ਲੂਜ਼ ਹੋ ਗਿਆ ਔਰ ਕੋਈ ਵੀ ਪ੍ਰੋਬਲਮ ਨਹੀਂ ਆਈ। ਉਸ ਤੋਂ ਪਹਿਲਾਂ ਮੈਂ ਕਾਫੀ ਵੇਟ ਲੂਜ਼ ਕਰਨ ਲਈ ਕਾਫੀ ਜਿਹੜੇ ਪ੍ਰੋਡਕਟ ਹੁੰਦੇ ਉਹ ਮੈਂ ਯੂਜ਼ ਕੀਤੇ, ਲੇਕਿਨ ਉਹਨਾਂ ਦੇ ਨਾਲ ਕੁਛ ਸਮਾਂ ਵੇਟ ਘੱਟਦਾ ਸੀ ਫਿਰ ਵੱਧ ਜਾਂਦਾ ਸੀ। ਇਹਨਾਂ ਦੇ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਅਤੇ ਇਸ ਟਾਈਮ ਉਹਨਾਂ ਨੂੰ ਮਿਲਣ ਆਈ ਸੀ ਤਾਂ ਉਹਨਾਂ ਨੇ ਸਾਡੇ ਰਿਵਿਊ ਮੰਗੇ ਅਤੇ ਮੈਨੂੰ ਲੱਗਾ ਕਿ ਸਾਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਸਾਬਾ ਜਿਹਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਵੇਟ ਦੀ ਤਾਂ ਉਹਨਾਂ ਨੂੰ ਆਣ ਕੇ ਡਾਕਟਰ ਮਸੂਦ ਨੂੰ ਮਿਲਣਾ ਚਾਹੀਦਾ ਆ ਅਤੇ ਬਾਕੀ ਮੇਰੇ ਹਸਬੈਂਡ ਇਹਨਾਂ ਬਾਰੇ ਦੱਸਣਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਇਟਲੀ ਤੋਂ ਇੱਥੇ ਡਾਕਟਰ ਮਸੂਦ ਨੂੰ ਅਸੀਂ ਜਲੰਧਰ ਮਿਲੇ ਸੀਗੇ ਅਤੇ ਉਹਨਾਂ ਨਾਲ ਡਿਸਕਸ ਕੀਤੀ ਅਤੇ ਉਹਨਾਂ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ। ਮੇਰਾ ਵੇਟ ਬਹੁਤ ਸੀਗਾ, ਮੇਰਾ ਵੇਟ 104 ਕਿਲੋ ਦੇ ਨੇੜੇ ਤੇੜੇ ਸੀਗਾ ਅਤੇ ਮੇਰੇ ਤੋਂ ਚੱਲ ਫਿਰ ਵੀ ਨਹੀਂ ਚੰਗੀ ਤਰ੍ਹਾਂ ਹੁੰਦਾ ਸੀ। ਮੈਂ ਫਿਰ ਉਹਨਾਂ ਨੇ, ਮੈਂ ਤਾਂ ਮੇਰੀ ਵਾਈਫ ਨੇ, ਅਸੀਂ ਦੋਨਾਂ ਨੇ ਮੋਗੇ ਆ ਕੇ ਹੋਸਪਿਟਲ 'ਚ ਉਹਨਾਂ ਦੇ ਕੋਲ ਓਪਰੇਟ ਕਰਾਇਆ। ਸਿਰਫ ਮੇਰੀ ਵਾਈਫ ਹੀ ਇੰਟਰਸਟਡ ਸੀ ਇਸ ਚੀਜ਼ ਦੇ ਬਾਰੇ, ਤਾਂ ਜਦੋਂ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਤਾਂ ਫਿਰ ਮੈਂ ਵੀ ਇੰਪ੍ਰੈਸ ਹੋ ਗਿਆ ਅਤੇ ਮੈਂ ਵੀ, ਅਸੀਂ ਦੋਨਾਂ ਇਕੱਠਿਆਂ ਨੇ ਇੱਕੋ ਦਿਨ ਹੀ ਇੱਥੇ ਮੋਗੇ ਆ ਕੇ ਓਪਰੇਟ ਕਰਾਇਆ ਅਤੇ ਮੈਂ ਬਹੁਤ ਸੰਤੁਸ਼ਟ ਹਾਂ, ਮੇਰਾ ਵੇਟ ਬਹੁਤ ਫਿੱਟ, ਐਜਲੀ ਬੋਡੀ ਬਹੁਤ ਫਿੱਟ ਆ ਅਤੇ ਅਸੀਂ ਇਸ ਚੀਜ਼ ਤੋਂ ਬਹੁਤ ਖੁਸ਼ ਹਾਂ। ਜਿਹਨੂੰ ਵੀ ਇਸ ਚੀਜ਼ ਦੀ ਲੋੜ ਹੋਵੇ ਜ਼ਰੂਰ ਡਾਕਟਰ ਸਾਹਿਬ ਨੂੰ ਮਿਲੋ। ਸਾਡੀ ਉਮਰ ਘੱਟੋ ਘੱਟ 10-15 ਸਾਲ ਵੱਧ ਗਈ ਆ, ਜੇ ਉੱਦਾਂ ਮੋਟਾਪਾ ਰਹਿੰਦਾ ਤਾਂ ਸਾਡਾ ਯਾਨੀ ਕਿ ਜ਼ਿੰਦਗੀ ਬਹੁਤ ਘੱਟ ਸੀ, 3600 ਬਿਮਾਰੀਆਂ ਲੱਗ ਜਾਂਦੀਆਂ ਆ। ਇਸ ਕਰਕੇ ਮੈਂ ਹਰੇਕ ਨੂੰ ਇਹ ਕਹਿੰਦਾ ਵੀ ਜ਼ਰੂਰ ਜਿਹਦਾ ਵੇਟ ਬਹੁਤ ਜ਼ਿਆਦਾ ਆ ਉਹ ਡਾਕਟਰ ਸਾਹਿਬ ਨੂੰ ਜ਼ਰੂਰ ਮਿਲਣਾ ਚਾਹੀਦਾ।